ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਅੱਜ ਅਸੀਂ ਬਣਾਵਾਂਗੇ ਸਾਬੂਦਾਨੇ ਦੀ ਖਿਚੜੀ। ਇਹਨੂੰ ਨਵਰਾਤਰੀ ਸ਼ਿਵਰਾਤਰੀ ਦੇ ਦੌਰਾਨ ਜਿਹੜਾ ਹੈ ਸਨੈਕ ਦੇ ਤੌਰ 'ਤੇ ਬਣਾਇਆ ਜਾਂਦਾ, ਜਦੋਂ ਵਰਤ ਰੱਖਦੇ ਆ ਲੋਕ ਉਦੋਂ ਇਹ ਇਸ ਨੂੰ ਖਾਂਦੇ ਨੇ। ਅਤੇ ਨੋਰਮਲੀ ਵੀ ਜਿਹਨੂੰ ਹਲਕਾ ਬ੍ਰੇਕਫਾਸਟ ਕਰਨਾ ਤਾਂ ਤੁਸੀਂ ਉਸ ਟਾਈਮ ਵੀ ਇਹਨੂੰ ਬਣਾ ਕੇ ਖਾ ਸਕਦੇ ਹੋ। ਤਾਂ ਇਹਦੇ ਲਈ ਤੁਸੀਂ ਕੀ ਕਰਨਾ, 1 ਕੱਪ ਸਾਬੂਦਾਣਾ ਲੈਣਾ ਅਤੇ ਇਹਨੂੰ ਡੁਬੋ ਕੇ ਰੱਖ ਦੇਣਾ ਰਾਤ ਭਰ ਲਈ, ਠੀਕ ਹੈ। ਅਤੇ ਇੰਨਾ ਕੁ ਡੁਬੋਣਾ ਮਤਲਬ ਤਾਂ ਕਿ ਇਹ ਡੁੱਬ ਜਾਣ। ਸਵੇਰੇ ਤੁਸੀਂ ਦੇਖੋਗੇ ਇਹਨਾਂ ਦਾ ਸਾਈਜ਼ ਵੀ ਦੁੱਗਣਾ ਹੋ ਜੂਗਾ ਅਤੇ ਪੂਰਾ ਪਾਣੀ ਇਹ ਸੋਕ ਲੈਣਗੇ। ਹੁਣ ਤੁਸੀਂ ਕੀ ਕਰਨਾ, ਥੋੜ੍ਹਾ ਜਿਹਾ ਰੋਸਟਡ ਪੀਨਟਸ ਲੈਣੇ ਆ, ਮੂੰਗਫਲੀ ਦੇ ਦਾਣੇ, ਅਤੇ ਉਹਨਾਂ ਨੂੰ ਵੀ ਗ੍ਰਾਇੰਡ ਕਰ ਲੈਣਾ। ਪੈਨ ਦੇ ਵਿੱਚ ਅਸੀਂ ਲਵਾਂਗੇ ਤੇਲ। ਤੇਲ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ, ਮੈਂ ਇੱਥੇ ਰਿਫਾਇੰਡ ਆਇਲ ਲਿਆ, ਤੁਸੀਂ ਦੇਸੀ ਘੀ ਵੀ ਯੂਜ਼ ਕਰ ਸਕਦੇ ਹੋ। ਹੁਣ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਕੜੀ ਪੱਤਾ ਅਤੇ ਜ਼ੀਰਾ। ਇਹਨੂੰ ਬਣਾਉਣਾ ਬਹੁਤ ਸਿੰਪਲ ਹੈ, ਮਤਲਬ ਕਿ 5 ਮਿੰਟ ਦੇ ਅੰਦਰ ਅੰਦਰ, 5-10 ਮਿੰਟ ਦੇ ਅੰਦਰ ਅੰਦਰ ਇਹ ਰੈਸਿਪੀ ਤਿਆਰ ਹੋ ਜਾਂਦੀ ਹੈ। ਅਤੇ ਇਹਨਾਂ ਨੂੰ ਅਸੀਂ ਭੁੰਨ ਲਵਾਂਗੇ। ਨਾਲ ਅਸੀਂ ਪਾ ਦੇਵਾਂਗੇ ਪਿਆਜ਼ ਬਰੀਕ ਕੱਟਿਆ ਹੋਇਆ, ਹਰੀ ਮਿਰਚਾਂ, ਅਤੇ ਮੈਂ 2-3 ਆਲੂ ਬੋਇਲ ਕੀਤੇ ਸੀਗੇ ਉਹਨਾਂ ਨੂੰ ਵੀ ਕੱਟ ਕਰਕੇ ਪਾ ਦੇਵਾਂਗੇ। ਸਾਰੀਆਂ ਚੀਜ਼ਾਂ ਤੁਸੀਂ ਇਕੱਠੇ ਪਾ ਦੇਣੀਆਂ ਅਤੇ ਇਹਨਾਂ ਨੂੰ ਅਸੀਂ ਹੁਣ ਨਾ 2-3 ਮਿੰਟ ਤੱਕ ਫਰਾਈ ਕਰਾਂਗੇ, ਥੋੜ੍ਹਾ ਕ੍ਰਿਸਪੀ ਜਿਹਾ ਬਣਾ ਲਵਾਂਗੇ। ਅਤੇ ਨਾਲ ਨਾਲ ਤੁਸੀਂ ਇਹਨੂੰ ਸੌਟੇ ਕਰਦੇ ਰਹਿਣਾ। ਇਹਨੂੰ ਉਸ ਰੈਸਿਪੀ ਨੂੰ ਅਸੀਂ ਕੁੱਕਰ 'ਚ ਵੀ ਬਣਾ ਸਕਦੇ ਹਾਂ ਪਾਣੀ ਪਾ ਕੇ, ਖਿਚੜੀ ਦੀ ਤਰ੍ਹਾਂ, ਮਤਲਬ ਕਿ ਉਹ ਗਿੱਲੀ ਗਿੱਲੀ ਬਣੂਗੀ। ਉਹ ਵੀ ਮੈਂ ਬਣਾ ਕੇ ਦਿਖਾ ਦੇਵਾਂਗੀ, ਬਟ ਇੱਥੇ ਮੈਂ ਇਸ ਨੂੰ ਥੋੜ੍ਹਾ ਸੁੱਕਾ ਹੋਇਆ ਰੱਖਿਆ ਹੋਇਆ ਕਿਉਂਕਿ ਮੈਨੂੰ ਉਹਦੇ ਕੰਪੈਰੇਟਿਵਲੀ ਇਹ ਜ਼ਿਆਦਾ ਟੇਸਟੀ ਲੱਗਦੀ ਹੈ। ਅਤੇ ਤੁਸੀਂ ਇਹਨੂੰ ਬਣਾਓਗੇ ਤੁਹਾਨੂੰ ਵਾਕਈ ਬਹੁਤ ਪਸੰਦ ਆਊਗੀ। ਹੁਣ 2-3 ਮਿੰਟ ਸੌਟੇ ਕਰਨ ਤੋਂ ਬਾਅਦ ਅਸੀਂ ਸਾਬੂਦਾਨਾ ਜਿਹੜਾ ਹੈਗਾ ਉਹ ਇਹਦੇ ਵਿੱਚ ਪਾ ਦੇਵਾਂਗੇ। ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਸਾਰਾ ਪਾਣੀ ਸੋਕ ਲਿਆ ਸੀਗਾ ਅਤੇ ਇਹਨਾਂ ਦਾ ਸਾਈਜ਼ ਵੀ ਬਹੁਤ ਵੱਡਾ ਹੋ ਜਾਂਦਾ ਹੈ। ਅਤੇ ਹੁਣ ਅਸੀਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ। ਹੁਣ ਇਹਦੇ ਵਿੱਚ ਮਸਾਲੇ ਤੁਸੀਂ ਆਪਣੇ ਚੋਇਸ ਦੇ ਪਾ ਸਕਦੇ ਹੋ, ਬਟ ਉਸ ਤੋਂ ਪਹਿਲਾਂ ਅਸੀਂ ਥੋੜ੍ਹੇ ਜਿਹੇ ਪੀਨਟਸ ਜਿਹੜੇ ਹੈਗੇ ਹੋਰ ਪਾ ਦੇਵਾਂਗੇ। ਆ ਮੈਂ ਪਹਿਲਾਂ ਤੋਂ ਰੋਸਟ ਕਰਕੇ ਰੱਖੇ ਹੋਏ ਸੀ, ਤੁਸੀਂ ਇਹਨੂੰ ਤਵੇ 'ਤੇ ਥੋੜ੍ਹਾ ਜਿਹਾ ਗਰਮ ਕਰ ਲੈਣਾ ਅਤੇ ਨਾਲ ਦੀ ਨਾਲ ਪਾ ਦੇਣਾ। ਉਸ ਤੋਂ ਬਾਅਦ ਅਸੀਂ ਪਾਵਾਂਗੇ ਨੂਣ, ਮੈਂ ਇੱਥੇ 1 ਚਮਚ ਨੂਣ ਦਾ ਪਾਇਆ, ਬਾਕੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜ਼ਿਆਦਾ ਘੱਟ ਕਰ ਸਕਦੇ ਹੋ। ਕਾਲੀ ਮਿਰਚ ਪਾਈ ਹੈ ਅਤੇ ਥੋੜ੍ਹੀ ਜਿਹੀ ਲਾਲ ਮਿਰਚ ਪਾਈ ਹੈ ਕਿਉਂਕਿ ਮੈਂ ਹਰੀ ਮਿਰਚਾਂ ਵੀ ਜਿਹੜੀਆਂ ਸੀਗੀਆਂ ਪਾ ਰੱਖੀਆਂ ਸੀ। ਆਹ ਜਿਹੜਾ ਬੁਰਾਦਾ ਬਣਾਇਆ ਸੀਗਾ ਪੀਨਟਸ ਦਾ, ਮੈਂ ਉਹ ਪਾਤਾ। ਕਈ ਲੋਕ ਇਹਦੀ ਜਗ੍ਹਾ ਕੋਕੋਨਟ ਦਾ ਬੁਰਾਦਾ ਬਣਾ ਕੇ ਉਹ ਵੀ ਯੂਜ਼ ਕਰ ਲੈਂਦੇ ਹੈ, ਤਾਂ ਦੈਟ ਇਜ਼ ਆਲ ਅਪ ਟੂ ਯੂ, ਤੁਸੀਂ ਕਿਸ ਤਰ੍ਹਾਂ ਕਿੱਦਾਂ ਦਾ ਮਤਲਬ ਟੇਸਟ ਚਾਹੁੰਦੇ ਹੋ, ਕੋਕੋਨਟ ਦਾ ਟੇਸਟ ਚਾਹੁੰਦੇ ਹੋ ਹੈ ਨਾ, ਤਾਂ ਉਹ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਕਈ ਜਿਹੜੇ ਹੈਗੇ ਪੀਨਟਸ ਤੋਂ ਮਤਲਬ ਐਲਰਜੀ ਹੁੰਦੀ ਹੈ ਉਹਨਾਂ ਨੂੰ, ਤਾਂ ਕਰਕੇ ਵੀ। ਸੋ ਅਸੀਂ ਇਹਨੂੰ ਹੁਣ ਮਿਕਸ ਕਰ ਦੇਵਾਂਗੇ। ਬਾਕੀ ਤੁਸੀਂ ਅਮਚੂਰ ਪਾਊਡਰ ਜਾਂ ਹੋਰ ਚਟਪਟਾ ਬਣਾਉਣਾ ਚਾਹੁੰਦੇ ਹੋ ਕੋਈ ਵੀ ਮਸਾਲਾ ਪਾ ਸਕਦੇ ਹੋ। ਹੁਣ ਇਹਨੂੰ ਮੈਂ ਕਵਰ ਕਰਕੇ ਰੱਖ ਦਿੱਤਾ ਸੀਗਾ, ਮਤਲਬ ਕਿ 3-4 ਮਿੰਟ ਲਈ ਮੀਡੀਅਮ ਫਲੇਮ 'ਤੇ ਕਵਰ ਕਰ ਦਿਓ। ਉਸ ਤੋਂ ਬਾਅਦ ਤੁਸੀਂ ਚੈੱਕ ਕਰੋਗੇ ਆ ਥੋੜ੍ਹੇ ਟ੍ਰਾਂਸਪੇਰੈਂਟ ਜੇ ਹੋ ਜਾਣਗੇ। ਜਦੋਂ ਟ੍ਰਾਂਸਪੇਰੈਂਟ ਹੋ ਗਏ ਹੈ ਨਾ, ਤਾਂ ਇਹਦਾ ਮਤਲਬ ਇਹ ਚੰਗੀ ਤਰ੍ਹਾਂ ਪੱਕ ਚੁੱਕੇ ਨੇ। ਇੱਕ ਵਾਰ ਤੁਸੀਂ ਕੜਛੀ ਘੁਮਾ ਦਿਓ ਇਹਦੇ ਵਿੱਚ ਅਤੇ ਦੁਬਾਰਾ ਫਿਰ ਗੈਸ ਬੰਦ ਕਰਕੇ 1-2 ਮਿੰਟ ਲਈ ਹੋਰ ਇਹਨੂੰ ਮਤਲਬ ਕਵਰ ਕਰਕੇ ਰੱਖ ਦਿਓ ਤਾਂ ਕਿ ਹੀਟ ਦੇ ਵਿੱਚ ਇਹ ਪ੍ਰੋਪਰ ਪੱਕ ਜਾਣ। ਅਤੇ ਸਾਡੀ ਜਿਹੜੀ ਖਿਚੜੀ ਹੈ ਉਹ ਤਿਆਰ ਹੋ ਚੁੱਕੀ ਹੈ ਅਤੇ ਇਹ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਸੀਗੀ, ਲਾਈਟ ਸੀਗੀ ਅਤੇ ਚਾਹ ਨਾਲ ਵੀ ਤੁਸੀਂ ਮਤਲਬ ਇਹਨੂੰ ਖਾ ਸਕਦੇ ਹੋ, ਕਾਫੀ ਟੇਸਟੀ ਲੱਗਦੀ ਹੈ। ਅਤੇ ਆਈ ਹੋਪ ਤੁਸੀਂ ਇਸਨੂੰ ਘਰ 'ਚ ਇੱਕ ਵਾਰ ਬਣਾ ਕੇ ਜ਼ਰੂਰ ਟਰਾਈ ਕਰੋਗੇ। ਧਨੀਏ ਨਾਲ ਤੁਸੀਂ ਗਾਰਨਿਸ਼ਿੰਗ ਕਰ ਸਕਦੇ ਹੋ, ਨਿੰਬੂ ਤੁਸੀਂ ਸਕੁਈਜ਼ ਕਰਨਾ, ਨਿੰਬੂ ਵੀ ਮਤਲਬ ਇਹਦੇ ਉੱਪਰ ਯੂਜ਼ ਕਰ ਸਕਦੇ ਹੋ।
ਬਾਕੀ ਆਈ ਹੋਪ ਤੁਸੀਂ ਇਸਨੂੰ ਇੱਕ ਵਾਰ ਜ਼ਰੂਰ ਟਰਾਈ ਕਰੋਗੇ ਅਤੇ ਕਮੈਂਟ ਸੈਕਸ਼ਨ 'ਚ ਮੈਨੂੰ ਦੱਸੋਗੇ ਵੀ ਕਿ ਤੁਹਾਨੂੰ ਕਿੱਦਾਂ ਲੱਗੀ। ਬਾਕੀ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮੱਚ।